ਪਹਿਲਾ ਤਾਂ ਮੈਂ ਸਾਰੇ ਹੀ ਲੋਕਾਂ ਨੂੰ ਕ੍ਰਾਂਤੀ ਕਾ ਇਸਲਾਮ ਪੇਸ਼ ਕਰਨਾ ਚਾਹਾਂਗੀ ਜਿੰਨੀਆਂ ਵੀ ਔਰਤਾਂ ਨੇ ਜਿੰਨੇ ਵੀ ਕਿਸਾਨ ਨੇ ਜਿੰਨੇ ਵੀ ਮਜ਼ਦੂਰ ਨੇ ਜਿੰਨੇ ਵੀ ਸਾਰੇ ਤੇ ਨੌਜਵਾਨ ਨੇ ਮੈਂ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦੀ ਆ ਜਿਨ੍ਹਾਂ ਨੇ ਮੇਰੇ ਲਈ ਇੰਨੀ ਆਵਾਜ਼ ਉਠਾਈ ਤੇ ਉਹਨਾਂ ਕਰਕੇ ਅੱਜ ਮੈਂ ਜੇਲ੍ਹ ਤੋਂ ਬਾਹਰ ਆਈ ਆ ਅੱਜ ਦਾ ਜਿਹੜਾ ਦਿਨ ਉਹਨੂੰ ਸਾਰੇ ਚੰਗੀ ਤਰ੍ਹਾਂ ਜਾਣਦੇ ਨੇ ਅੱਜ ਦਾ ਦਿਨ ਕੀ ਆ ਅੱਜ ਦਲਿਤਾਂ ਦਾ ਵੀ ਇੱਕ ਖਾਸ ਦਿਨ ਆ ਕਿਸਾਨ ਤੇ ਮਜ਼ਦੂਰ ਇੱਕ ਦੂਜੇ ਦੇ ਨਾਲ ਇਸ ਤਰੀਕੇ ਦੇ ਨਾਲ ਜੁੜੇ ਹੋਏ ਆ ਜਿਵੇਂ ਨੋ ਮਾਸ ਦਾ ਰਿਸ਼ਤਾ ਹੋਵੇ ਪਰ ਅਸੀਂ ਜਿਹੜੇ ਲੋਕ ਕਹਿੰਦੇ ਨੇ ਕਹਿੰਦੇ ਨੇ ਕਿ ਸਿਰਫ ਕਿਸਾਨ ਅੰਦੋਲਨ ਆ ਅਸੀਂ ਉਹਨਾਂ ਨੂੰ ਇਹ ਦੱਸਣਾ ਚਾਹੁੰਦੇ ਆ ਕਿ ਸਿਰਫ ਕਿਸਾਨ ਅੰਦੋਲਨ ਨਹੀਂ ਇਹ ਕਿਸਾਨ ਮਜ਼ਦੂਰ ਤੇ ਆਮ ਜਨਤਾ ਦਾ ਅੰਦੋਲਨ ਆ ਇਹਦੇ ਵਿੱਚ ਹਰ ਉਹ ਇਨਸਾਨ ਆ ਜਿਹੜਾ ਦੁਖੀ ਆ ਜਿਹੜਾ ਪੀੜਿਤ ਆ ਜਿਹੜਾ ਸਰਕਾਰ ਦੀਆਂ ਇਹਨਾਂ ਰਣਨੀਤੀਆਂ ਤੋਂ ਇਹਨਾਂ ਕਾਲੇ ਕਾਨੂੰਨਾਂ ਤੋਂ ਤੰਗ ਆ ਉਹ ਹਰ ਇਨਸਾਨ ਦਾ ਅੰਦੋਲਨ ਆ ਚਾਹੇ ਸਾਡੀ ਗਿਣਤੀ ਕਿੰਨੀ ਵੀ ਹੋਵੇ ਪਰ ਅੱਜ ਜਿਹੜੀ ਜਨਤਾ ਉਹ ਜਾਗ ਗਈ ਆ ਜਿੰਨੇ ਵੀ ਕਾਨੂੰਨ ਇਹ ਲੈ ਕੇ ਆਏ ਨੇ ਉਹਨਾਂ ਨੂੰ ਰੱਦ ਕਰਨੇ ਪੈਣਗੇ ਨਹੀਂ ਤਾਂ ਅਸੀਂ ਮਾਵਾਂ ਭੈਣਾਂ ਅਸੀਂ ਮਜ਼ਦੂਰ ਕਿਸਾਨ ਜਿੰਨੇ ਵੀ ਬੱਚੇ ਨੇ ਜਿੰਨੇ ਵੀ ਦੁਨੀਆ ਭਰ ਦੇ ਨੌਜਵਾਨ ਨੇ ਜਿਹੜੇ ਸਮਝਦੇ ਨੇ ਕਿ ਹਾਂ ਅੱਜ ਦੀਆਂ ਸਰਕਾਰਾਂ ਸਾਡੇ ਨਾਲ ਧੱਕਾ ਕਰ ਰਹੀਆਂ ਨੇ ਤੋ ਜਰੂਰ ਹੋਣਗੇ ਉਹ ਜਰੂਰ ਬੋਲਣਗੇ ਮੈਂ ਸੱਚ ਦੀ ਜੱਤ ਹੁੰਦੀ ਆ ਤੇ ਸੱਚ ਹਮੇਸ਼ਾ ਜਿੱਤੂਗਾ ਪਰ ਅਸੀਂ ਅੱਜ ਦੇਖ ਰਹੇ ਆ ਕਿ ਹਵੇਸ਼ਾ ਵੱਡਿਆਂ ਵੱਡੀਆਂ ਗੱਲਾਂ ਕੀਤੀ ਜਾਂਦੀਆਂ ਨੇ ਵੱਡੇ ਵੱਡਿਆਂ ਕਾਨੂੰਨ ਲੈ ਕੇ ਆਏ ਜਾਂਦੇ ਨੇ ਪਰ ਅੱਜ ਵੀ ਹਾਲਾਤ ਬਹੁਤ ਮਾੜੇ ਨੇ ਔਰਤਾਂ ਵਾਸਤੇ ਮਜ਼ਦੂਰਾਂ ਵਾਸਤੇ ਕਿਸਾਨਾਂ ਵਾਸਤੇ ਅੱਜ ਵੀ ਬਹੁਤ ਮਾੜੇ ਹਾਲਾਤ ਨੇ ਕਿਸਾਨ ਮਜ਼ਦੂਰ ਆਪਣੀ ਮਿਹਨਤ ਦਾ ਮਿਹਨਤੀ ਕਮਾਈ ਕਰਦੇ ਨੇ ਪਰ ਫਿਰ ਵੀ ਉਹਨਾਂ ਨੂੰ ਉਹਨਾਂ ਦੀ ਮਿਹਨਤ ਦਾ ਮੁੱਲ ਨਹੀਂ ਮਿਲਦਾ ਜੇਕਰ ਉਹ ਸੜਕਾਂ ਤੇ ਉਤਰਦੇ ਨੇ ਆਪਣੀ ਮਿਹਨਤ ਦੇ ਮੁੱਲ ਵਾਸਤੇ ਉਹਨਾਂ ਨੂੰ ਆਤਕਵਾਦੀ ਦੱਸਿਆ ਜਾਂਦਾ ਉਹਨਾਂ ਨੂੰ ਨਕਸਲਵਾਦੀ ਦੱਸਿਆ ਜਾਂਦਾ ਉਹਨਾਂ ਨੂੰ ਖਾਲਿਸਤਾਨੀ ਦੱਸਿਆ ਜਾਂਦਾ ਪਰ ਅਸੀਂ ਜਾਣਦੇ ਹਾਂ ਅਸੀਂ ਕੌਣ ਆ ਤੇ ਅਸੀਂ ਇਹ ਵੀ ਜਾਣਦੇ ਆ ਕਿ ਭਗਤ ਸਿੰਘ ਨੂੰ ਆਤਮਵਾਦੀ ਕਿਹਾ ਸੀ ਪਰ ਅੱਜ ਸਾਡਾ ਭਗਤ ਸਿੰਘ ਸਾਡਾ ਇੱਕ ਹੀਰੋ ਆ ਤੇ ਅਸੀਂ ਅਸੀਂ ਉਹ ਲੋਕ ਆ ਜਿਹੜਾ ਅਸੀਂ ਇਤਿਹਾਸ ਰਚ ਰਹੇ ਆ ਤੇ ਸਾਡੇ ਆਉਣ ਵਾਲੇ ਬੱਚੇ ਜ਼ਰੂਰ ਯਾਦ ਕਰਨਗੇ ਕਿ ਇਹ ਜਿਹੇ ਲੋਕ ਸੀ ਇਹ ਜਿਹੇ ਮਾਪੇ ਸੀ ਜਿਹੜੇ ਸਾਡੇ ਲਈ ਲੜਿਆ ਤੇ ਅਸੀਂ ਉਨਾ ਟਾਈਮ ਤੱਕ ਹਮੇਸ਼ਾ ਲੜਦੇ ਰਵਾਂਗੇ ਜਿੰਨਾ ਟਾਈਮ ਤੱਕ ਇਹ ਕਾਲੇ ਕਾਨੂੰਨ ਰੱਦ ਨਹੀਂ ਹੁੰਦੇ ਸਾਡੇ ਮਜ਼ਦੂਰ ਭਰਾ ਸਾਡੇ ਆ ਮਾਵਾਂ ਭੈਣਾਂ ਸਾਡੇ ਨੌਜਵਾਨ ਸਾਰੇ ਹੀ ਉਨੇ ਹੀ ਹੌਸਲਾ ਬਲੰਦ ਕਰਕੇ ਖੜੇ ਆ ਤੇ ਖੜੇ ਰਹਿਣਗੇ ਮੈਂ ਮਜ਼ਦੂਰਾਂ ਵੱਲੋਂ ਵੀ ਆਪਦੀ ਗੱਲ ਰੱਖ ਰਹੀਆਂ ਕਿਸਾਨਾਂ ਵੱਲੋਂ ਵੀ ਜਿਹੜੇ ਕਹਿ ਰਹੇ ਨੇ ਕਿ ਇਹ ਇਹੋ ਆ ਤੇ ਆਹ ਤੇ ਜੜ ਝੂਠੀਆਂ ਖਬਰਾਂ ਫਲਾ ਰਹੇ ਨੇ ਮੈਂ ਉਹਨਾਂ ਨੂੰ ਦੱਸਣਾ ਚਾਹਣੀ ਆ ਕਿ ਜਿਹੜੇ ਲੋਕ ਜਾਣਦੇ ਨੇ ਅਸੀਂ ਸੱਚੇ ਲੜਾਈ ਲੜ ਰਹੇ ਆ ਅਸੀਂ ਪਹਿਲਾਂ ਵੀ ਕੋਈ ਅਜੇ ਕੰਮ ਗਲਤ ਕੰਮ ਨਹੀਂ ਕੀਤੇ ਸੀ ਤੇ ਅੱਗੇ ਵੀ ਕੋਈ ਗਲਤ ਕੰਮ ਨਹੀਂ ਕਰਾਂਗੇ ਜਿਨ੍ਹਾਂ ਨੂੰ ਖਬਰਾਂ ਕਹਿ ਰਹੇ ਵੀ ਇਹ ਗਲਤ ਕੰਮ ਕਰ ਰਹੇ ਸੀ ਇਹਨਾਂ ਨੇ ਆ ਕੀਤਾ ਉਹ ਕੀਤਾ ਉਹ ਜਾਣ ਲੈਣ ਕਿ ਦੋ ਪੱਖ ਹੁੰਦੇ ਹਾਇ ਹਮੇਸ਼ਾ ਹਰ ਇੱਕ ਗੱਲ ਦੇ ਹਮੇਸ਼ਾ ਇੱਕ ਗੱਲ ਦੇ ਦੋ ਪਹਿਲੂ ਹੁੰਦੇ ਆ ਇੱਕ ਰੁਪਇਆ ਵੀ ਉਹ ਦੋ ਤਰ੍ਹਾਂ ਦਾ ਹੁੰਦਾ ਹੈ ਹਮੇਸ਼ਾ ਆਪਾਂ ਇੱਕ ਤਰੀਕੇ ਦੇਖਦੇ ਆਂ ਤੇ ਉਸੇ ਨੂੰ ਆਪਾਂ ਸੱਚ ਮੰਨ ਲੈਂਦੇ ਆਂ ਇਸੇ ਤਰੀਕੇ ਦੇ ਨਾਲ ਜਦੋਂ ਮੈਂ 12 ਤਰੀਕ ਨੂੰ ਜੇਲ੍ਹ ਚ ਗਈ ਆਂ ਤਾਂ ਪਹਿਲਾਂ ਮੇਰੇ ਵਿਰੁੱਧ ਵਿੱਚ ਆਵਾਜ਼ ਉੱਠਿਆ ਕਿ ਇਹਨੇ ਇਹਨੇ ਜਨਤਾ ਨੂੰ ਭੜਕਾਇਆ ਤੇ ਜਿਹੜੇ ਪੁਲਿਸ ਵਾਲਾਂ ਤੇ ਤਸ਼ੱਦਦ ਕੀਤਾ ਪਰ ਤੁਸੀਂ ਜਾਣਦੇ ਹੋ ਕਿ ਪੁਲਿਸ ਵਾਲਾਂ ਦੀ ਅੱਜ ਦੀ ਜਿਹੜੀ ਹਾਲਾਤ ਆ ਉਹ ਕਿਵੇਂ ਦੇ ਪੁਲਿਸ ਵਾਲੇ ਨੇ ਪਰ ਮੈਂ ਜਾਣਦੀ ਹਾਂ ਉਸ ਦਿਨ ਦੀ ਘਟਨਾ ਤੇ ਅੱਜ ਵੀ ਅਸੀਂ ਮੈਨੂੰ ਯਾਦ ਆ ਕਿ ਅਸੀਂ ਸ਼ਾਂਤਮਈ ਤਰੀਕੇ ਦੇ ਨਾਲ ਕਿਸ ਤਰੀਕੇ ਦੇ ਨਾਲ ਮਜ਼ਦੂਰ ਕਿਸਾਨ ਜਿਹੜੇ ਇੱਥੇ ਬੈਠੇ ਹੋਏ ਸੀ ਜਿਹੜਾ ਜਿਹੜਾ ਮਜ਼ਦੂਰ ਇਕ ਸੰਗਠਨ ਬੋਲਿਆ ਜਾ ਰਿਹਾ ਹੈ ਕਿ ਇਹ ਕਿਸਾਨ ਅੰਦੋਲਨ ਦੇ ਵਿੱਚ ਬਣਿਆ ਤਾਂ ਮੈਂ ਦੱਸ ਦੇਣਾ ਚਾਹਣੀ ਆ ਇਹ 3 ਸਾਲ ਪਹਿਲਾਂ ਦਾ ਬਣਿਆ ਹੋਇਆ ਸੰਗਠਨ ਆ ਇਹ ਪਹਿਲਾਂ ਵੀ ਲੜ ਰਿਹਾ ਸੀ ਲਾਕਡਾਊਨ ਦੇ ਵਿੱਚ ਵੀ ਇਹਨਾਂ ਨੇ ਲੜਾਈ ਲੜੀ ਆ ਤੇ ਕਿਸਾਨ ਅੰਦੋਲਨ ਦੇ ਵਿੱਚ ਮਜ਼ਦੂਰਾਂ ਨੂੰ ਇੱਕ ਹੌਸਲਾ ਮਿਲਿਆ ਕਿਸਾਨਾਂ ਨੂੰ ਦੇਖ ਕੇ ਕਿ ਅਸੀਂ ਵੀ ਸੜਕਾਂ ਤੇ ਉਤਰ ਸਕਦੇ ਆ ਅਸੀਂ ਵੀ ਇੱਕ ਧਰਨੇ ਕਰ ਸਕਦੇ ਆ ਉਸੇ ਹੌਸਲੇ ਦੇ ਨਾਲ ਕਿਸਾਨਾਂ ਨੂੰ ਦੇਖ ਕੇ ਮਜ਼ਦੂਰ ਧਰਨੇ ਕਰਨ ਲੱਗੇ ਤੇ ਜਿੰਨਾਂ ਲੋਕਾਂ ਨੂੰ ਇਹ ਲੱਗਿਆ ਕਿ ਕਿਸਾਨ ਅੰਦੋਲਨ ਦੇ ਵਿੱਚ ਇਹ ਬਣਿਆ ਸੰਗਠਨ ਤਾਂ ਉਹ ਦੇਖ ਲੈਣ ਸਾਡੀਆਂ ਪੁਰਾਣੀਆਂ ਵੀਡੀਓ ਵੀ ਚੱਕ ਕੇ ਤਾਂ ਮੈਂ ਇਹੀ ਕਹਿਣਾ ਚਾਹਣੀ ਆ ਕਿ ਜਿੰਨੇ ਵੀ ਕਿਸਾਨ ਮਜ਼ਦੂਰ ਹੈ ਜਿੰਨੇ ਵੀ ਸੰਗਠਨ ਆ ਸਾਨੂੰ ਸਾਰਿਆਂ ਨੂੰ ਮਿਲ ਜੁਲ ਕੇ ਮਿਲ ਜੁਲ ਕੇ ਇਸ ਜਿਹੜੀ ਜਿਹੜਾ ਅੰਦੋਲਨ ਆ ਇਹ ਚੱਲ ਰਿਹਾ ਇਹਨੂੰ ਅੱਗੇ ਲੈ ਕੇ ਜਾਣਾ ਚਾਹੀਦਾ ਕਿਉਂਕਿ ਜਿਹੜੀਆਂ ਸਰਕਾਰਾਂ ਉਹ ਸਾਡਾ ਫਾਇਦਾ ਉਠਾ ਰਹੀਆਂ ਨੇ ਮਾੜੀ ਜਿਹੀ ਕੋਈ ਗਲਤੀ ਹੁੰਦੀ ਆ ਤਾਂ ਸਰਕਾਰਾਂ ਨੂੰ ਮੌਕਾ ਮਿਲ ਜਾਂਦਾ ਇਹ ਕਹਿੰਦਾ ਕਿ ਆ ਵੱਖਰੇ ਨੇ ਆ ਵੱਖਰੇ ਨੇ ਤਾਂ ਲੜਾਈ ਕਰੀਏ ਤਾਂ ਸਾਨੂੰ ਸਾਰਿਆਂ ਨੂੰ ਜਿੰਨੇ ਵੀ ਕਿਸਾਨ ਆ ਜਿੰਨੇ ਵੀ ਮਜ਼ਦੂਰ ਆ ਜਿੰਨੇ ਵੀ ਬਾਹਰ ਤੋਂ ਜਾਂ ਜੋ ਵੀ ਆ ਸਪੋਰਟ ਕਰ ਰਿਆ ਸਾਰਿਆਂ ਨੂੰ ਮਿਲਜੋਲ ਕੇ ਕੰਮ ਕਰਨਾ ਚਾਹੀਦਾ ਸਾਨੂੰ ਇਹ ਅੰਦੋਲਨ ਨੂੰ ਬਹੁਤ ਅੱਗੇ ਲੈ ਕੇ ਜਾਣਾ ਸੀ ਪਿੱਛੇ ਨਹੀਂ ਲੈ ਕੇ ਜਾਣਾ ਅਸੀਂ ਉਹਨਾਂ ਟਾਈਮ ਤੱਕ ਲੜਦੇ ਰਵਾਂਗੇ ਜਿੰਨਾ ਟਾਈਮ ਤੱਕ ਇਹ ਕਾਲੇ ਕਾਨੂੰ ਰੱਦ ਨਹੀਂ ਹੁੰਦੇ ਜਿੰਨਾ ਟਾਈਮ ਇਹ ਪਾੜਾ ਜਿਹੜਾ ਅਮੀਰ ਗਰੀਬ ਦਾ ਪਾੜਾ ਉਹ ਮਿਟਦਾ ਨਹੀਂ ਜਿੰਨਾ ਟਾਈਮ ਤੱਕ ਮਹਿਲਾਵਾਂ ਦੇ ਨਾਲ ਜਿਹੜੀ ਬਦਤਮੀਜ਼ੀ ਉਹ ਘਾਟ ਨਹੀਂ ਹੁੰਦੀ ਕਿਉਂਕਿ ਮੈਂ ਜਾਣਦੀ ਆ ਜਦੋਂ 12 ਤਰੀਕ ਨੂੰ ਮੈਨੂੰ ਫੜਿਆ ਗਿਆ ਤੇ ਪੁਲਿਸ ਵਾਲੇ ਮੈਨੂੰ ਬਹੁਤ ਬੇਰਹਿਮੀ ਦੇ ਨਾਲ ਕੁੱਟਿਆ ਪੁਲਿਸ ਵਾਲੇ ਮੇਰੇ ਉੱਪਰ ਬੈਠ ਬੈਠ ਕੇ ਕੁੱਟਦੇ ਰਹੇ ਮੈਨੂੰ ਲਾਸਟ ਤੱਕ ਜਿੰਉ ਤੱਕ ਮੈਂ ਜਿੱਤ ਜਾਂਦੀ ਰਹੀਆਂ ਮੈਨੂੰ ਬਹੁਤ ਬੁਰੇ ਤਰੀਕੇ ਨਾਲ ਮੇਰੀ ਜਾਤੀ ਗਾਲ ਦੇ ਕੇ ਗਾਲ ਮੈਨੂੰ ਕੱਢੀ ਗਈ ਕਿਉਂਕਿ ਇੱਕ ਮੈਂ ਦਲਿਤ ਕੁੜੀਆਂ ਇੱਕ ਮਜ਼ਦੂਰਾਂ ਦੀ ਕੁੜੀਆਂ ਇਸੇ ਲਈ ਇਸੇ ਲਈ ਮੈਂ ਤਾਂ ਇਹ ਹੀ ਕਹਿਣਾ ਚਾਹਣੀ ਆ ਕਿ ਜਿੰਨੇ ਵੀ ਕਿਸਾਨ ਮਜ਼ਦੂਰਾਂ ਇਹ ਇੱਕ ਦੂਜੇ ਦੇ ਭਰਾ ਨੇ ਕਿਉਂਕਿ ਕਿਸਾਨ ਵੀ ਮਜ਼ਦੂਰ ਤੋਂ ਬਿਨਾਂ ਨਹੀਂ ਚੱਲ ਸਕਦਾ ਤੇ ਮਜ਼ਦੂਰ ਕਿਸਾਨ ਤੋਂ ਬਿਨਾਂ ਨਹੀਂ ਚੱਲ ਸਕਦਾ ਚਾਹੇ ਉਹ ਫੈਕਟਰੀਆਂ 'ਚ ਕੰਮ ਕਰਦੇ ਨੇ ਚਾਹੇ ਪਿੰਡਾਂ 'ਚ ਚਾਹੇ ਖੇਤਾਂ ਦੇ ਵਿੱਚ ਕਿਸਾਨ ਮਜ਼ਦੂਰ ਹਮੇਸ਼ਾ ਇੱਕ ਸੀ ਤੇ ਇੱਕ ਰਹਿਣਗੇ ਜਿਹੜੇ ਲੋਕ ਲੜਵਾਉਣਾ ਚਾਹੁੰਦੇ ਨੇ ਉਹ ਦੇਖ ਲੈਣ ਕਿ ਕਿਸਾਨ ਮਜ਼ਦੂਰ ਕਿਵੇਂ ਜੁੜੇ ਹੋਏ ਆ ਅਸੀਂ ਅੱਗੇ ਵੀ ਇਹ ਲੜਾਈ ਜਾਰੀ ਰੱਖਾਂਗੇ ਤੇ ਅੱਗੇ ਵੀ ਮੈਂ ਹਮੇਸ਼ਾ ਪਹਿਲਾਂ ਵੀ ਲੜਦੀ ਰਹੀ ਸੀ 4-5 ਸਾਲ ਤੋਂ ਮੈਂ ਹਮੇਸ਼ਾ ਤੋਂ ਆਪਣੀ ਮਾਂ ਨੂੰ ਦੇਖ ਕੇ ਆਪਣੇ ਭੈਣ ਭਰਾਵਾਂ ਨੂੰ ਦੇਖ ਕੇ ਮੈਂ ਇਸ ਇਸੇ ਤਰ੍ਹਾਂ ਮਹਿਲਾਵਾਂ ਦੇ ਨਾਲ ਕਿਸਾਨਾਂ ਦੇ ਨਾਲ ਮਜ਼ਦੂਰਾਂ ਦੇ ਨਾਲ ਮੈਂ ਖੜੀ ਰਹੀ ਆ ਤੇ ਅੱਗੇ ਵੀ ਲਾਸਟ ਤੱਕ ਮੈਂ ਖੜੀ ਰਹੂੰਗੀ ਤੇ ਕੋਸ਼ਿਸ਼ ਕਰਾਂਗੇ ਉਹਨਾਂ ਲੋਕਾਂ ਦੇ ਉਹਨਾਂ ਲੋਕਾਂ ਨੂੰ ਵੀ ਅੱਗੇ ਲੈ ਕੇ ਆਇਆ ਜਾਵੇ ਜਿਹੜੇ ਲੋਕ ਅਜੇ ਤੱਕ ਆ ਨਹੀਂ ਪਾਏ ਕਿਉਂਕਿ ਬਹੁਤ ਲੋਕ ਆ ਜਿਹੜੇ ਚਾਹੁੰਦੇ ਆ ਵੀ ਅਸੀਂ ਆਈਏ ਪਰ ਉਹ ਆ ਨਹੀਂ ਪਾਰੇ ਸਾਨੂੰ ਸਾਰਿਆਂ ਨੂੰ ਸਾਨੂੰ ਸਾਰਿਆਂ ਨੂੰ ਮਿਲ ਜੁਲ ਕੇ ਇਸ ਇਸ ਅੰਦੋਲਨ ਨੂੰ ਐਨੇ ਵਧੇ ਤਰੀਕੇ ਨਾਲ ਅੱਗੇ ਲੈ ਕੇ ਜਾਣਾ ਚਾਹੀਦਾ ਤਾਂ ਕਿ ਅਸੀਂ ਇਹਨੂੰ ਹੋਰ ਜਾ ਕੇ ਮਜ਼ਬੂਤੀ ਦੇ ਨਾਲ ਅਸੀਂ ਜਿੱਤ ਪ੍ਰਾਪਤ ਕਰੀਏ ਤੇ ਜਿੰਨੇ ਵੀ ਲੋਕ ਆ ਆ ਜ਼ਿਲਾਂ ਦੇ ਵਿੱਚ ਬੰਦਾ ਚਾਹੇ ਕਿਸਾਨ ਨੇ ਚਾਹੇ ਉਹ ਮਜ਼ਦੂਰ ਨੇ ਸ਼ਿਵ ਕੁਮਾਰ ਆ ਜਿਹੜਾ ਮੇਰਾ ਮੇਰੇ ਤੇ ਨਾਲ ਫੜਿਆ ਗਿਆ ਸੀ ਮੈਂ ਤਾਂ ਪਿੱਛੇ ਫੜਿਆ ਗਿਆ ਸੀ ਹੁਣ ਮੈਂ ਜਦੋਂ ਜੇਲ੍ਹ ਚ ਬਾਹਰ ਆਈ ਮੈਨੂੰ ਪਤਾ ਲੱਗਿਆ ਉਹਨੂੰ 20 ਦਿਨ 20 ਦਿਨ ਤੋਂ ਵੱਧ ਇਹ ਜੀ ਕਸਟਡੀ ਦੇ ਵਿੱਚ ਰੱਖਿਆ ਗਿਆ ਪਹਿਲਾਂ ਤਾਂ 10 ਦਿਨ ਉਹਨੂੰ ਪਤਾ ਹੀ ਨਹੀਂ ਲੱਗਣ ਦਿੱਤਾ ਗਿਆ ਕਿ ਕਿਵੇਂ ਰੱਖਿਆ ਗਿਆ ਉਹਦੇ ਹੱਡੀਆਂ ਤੋੜ ਦਿੱਤੀਆਂ ਗਈਆਂ ਉਹਦੇ ਨੌ ਖਿੱਚ ਲਏ ਗਏ ਆ ਉਹਨੂੰ ਬਹੁਤ ਬੁਰੇ ਤਰੀਕੇ ਦੇ ਨਾਲ ਮਾਰਿਆ ਗਿਆ ਏ ਤੇ ਉਹਦੀਆਂ ਹੁਣ ਬਿਲਕੁਲ ਬਹੁਤ ਬੁਰੇ ਤਰੀਕੇ ਦੇ ਹਾਲ ਆ ਨਾ ਉਹਦੇ ਘਰ ਵਾਲੇ ਮਿਲ ਸਕਦੇ ਆ ਨਾ ਉਹਨੂੰ ਕੋਈ ਵੀ ਮਿਲ ਸਕਦਾ ਕੋਈ ਵਕੀਲ ਨਹੀਂ ਮਿਲ ਸਕਦਾ ਇਹ ਕਰੋਨਾ ਦਾ ਬਹਾਨਾ ਲਾ ਰਹੇ ਆ ਪਰ ਸੱਚਾਈ ਤਾਂ ਇਹ ਆ ਸਾਡਾ ਸਿਸਟਮ ਇਹਨਾ ਖੋਖਲਾ ਹੋ ਗਿਆ ਜਿਹੜਾ ਸੱਚਾ ਬੰਦਾ ਉਹਦੀ ਕੋਈ ਕਦਰ ਨਹੀਂ ਹੈਗੀ ਚੜੇ ਆਮ ਜਨਤਾ ਉਹਨਾਂ ਵਾਸਤੇ ਕੋਈ ਆਵਾਜ਼ ਨਹੀਂ ਉਠਾ ਰਿਆ ਤੇ ਸਾਨੂੰ ਆਪਾਂ ਲੋਕਾਂ ਨੂੰ ਹੀ ਖੜੇ ਹੋ ਕੇ ਆਪਣੀ ਆਵਾਜ਼ ਬੁਲੰਦ ਪੈਣਾ ਕਿਉਂਕਿ ਇਹ ਜਿਹੜੇ ਕਾਨੂੰਨ ਬਣ ਰਹੇ ਨੇ ਇਹ ਉਹਨਾਂ ਲੋਕਾਂ ਵਾਸਤੇ ਬਣ ਰਹੇ ਆ ਜਿਹੜੇ ਦਲਾਲ ਨੇ ਜਿਹੜੇ ਵੱਡੇ ਵੱਡੇ ਪੂੰਜੀਪਤੀਆ ਉਹਨਾਂ ਦੇ ਕਾਨੂੰਨਾਂ ਨੂੰ ਰੱਦ ਕਰਵਾਉਣ ਵਾਸਤੇ ਸਾਨੂੰ ਆਪ ਦੀ ਜੰਗ ਜਿੱਤਣ ਵਾਸਤੇ ਸਾਨੂੰ ਲੜਾਈ ਲੜਨੀ ਪੈਣੀ ਹੈ ਤੇ ਅਸੀਂ ਲੜਦੇ ਰਵਾਂਗੇ ਜੈ ਜਨਤਾ ਜੈ ਸੰਘਰਸ਼